ਬਾਬਾ ਫਰੀਦ ਜੀ ਦੇ ਸਲੋਕ ਹੈ, ਫਰੀਦਾ ਜੇ ਜਾਣਾ ਦਿਲ ਥੋੜੜੇ ਸੰਭਲ ਬੁੱਕ ਭਰੇ। ਇਸ ਸਲੋਕ ਵਿੱਚ ਫਰੀਦ ਜੀ ਦਾ ਭਾਵ ਹੈ ਕਿ ਜੇ ਪੋਟਲੀ ਦੇ ਵਿੱਚ ਦਿਲ ਥੋੜੇ ਹੈਗੇ ਆ ਤਾਂ ਉਸਦੀ ਵਰਤੋਂ ਸੰਭਲ ਕੇ ਕਰਨਾ, ਸੋਚ ਸਮਝ ਕੇ ਕਰਨਾ। ਜਿਵੇਂ ਜੇ ਕਿਤੇ ਸੰਗਤ ਜ਼ਿਆਦਾ ਹੋਏ ਅਤੇ ਜਦੋਂ ਅਸੀਂ ਪ੍ਰਸ਼ਾਦ ਵਰਤਾਉਂਦੇ ਹਾਂ ਤਾਂ ਅਸੀਂ ਪ੍ਰਸ਼ਾਦ ਸੁਆਇਆ ਕਰ ਦਿੰਦੇ ਹਾਂ ਤਾਂ ਕਿ ਸਾਰੀ ਸੰਗਤ ਦੀ ਪੂਰਾ ਹੋ ਜਾਏ। ਫਰੀਦ ਜੀ ਦਾ ਇੱਕ ਹੋਰ ਸਲੋਕ ਹੈ, ਜੇ ਜਾਣਾ ਲੜ ਛਿੱਜਣਾ, ਜੇ ਜਾਣਾ ਲੜ ਛਿੱਜਣਾ ਪੀਟੀ ਪਾਈ ਗੰਢ। ਜੇ ਤੁਹਾਨੂੰ ਪਤਾ ਲੱਗ ਜੇ ਕਿ ਤੁਹਾਡਾ ਇਹ ਤਾਗਾ ਜਾਂ ਡੋਰ ਜਾਂ ਰੱਸੀ ਇਹ ਛਿੱਜਣ ਵਾਲੀ ਆ ਤੇ ਜਿਸ ਜਿਸ ਜਗ੍ਹਾ ਤੇ ਉਹ ਛਿੱਜਣ ਵਾਲੀ ਹੈ ਤਾਂ ਉੱਥੇ ਗੰਢ ਪਾ ਦਿੱਤੀ ਜਾਂਦੀ। ਜੇ ਜਾਣਾ ਲੜ ਲੜ ਛਿੱਜਣਾ ਪੀਟੀ ਪਾਈ ਗੰਢ। ਤਾਂ ਇਹ ਦੋਨੋਂ ਸਲੋਕ ਕਿਸੇ ਹੋਰ ਦਿਸ਼ਾ ਵੱਲ ਇਸ਼ਾਰਾ ਕਰ ਰਿਹਾ। ਪਹਿਲਾ ਫਰੀਦਾ ਜੇ ਜਾਣਾ ਦਿਲ ਥੋੜੜੇ ਸੰਭਲ ਬੁੱਕ ਭਰੀ, ਤਾਂ ਫਰੀਜੇ ਦਾ ਇਸ਼ਾਰਾ ਇੱਥੇ ਸਾਡੇ ਸਵਾਸਾਂ ਵੱਲ ਹੈ ਕਿ ਇਹ ਸਵਾਸ ਥੋੜੇ ਹੈਗੇ ਆ, ਇਹਦੀ ਵਰਤੋਂ ਸੰਭਲ ਸੋਚ ਕੇ ਕਰੋ। ਐਵੇਂ ਘਰਾਂ ਵਿੱਚ, ਦਫ਼ਤਰ ਵਿੱਚ, ਕਾਰੋਬਾਰ ਵਿੱਚ, ਕਲਾ ਕਲੇਸ਼ ਵਿੱਚ ਹੀ ਇਹਨਾਂ ਸਵਾਸਾਂ ਨੂੰ ਨਾ ਗਵਾ ਦੇਣਾ। ਕਦੀ ਕਦਾਈ ਥੋੜ੍ਹਾ ਟਾਈਮ ਕੱਢੋ, ਆਪਣੇ ਸਵਾਸਾਂ ਨੂੰ ਵੀ ਵੇਖੋ ਕਿ ਕਿਹੋ ਜਿਹਾ ਹੈ, ਕੀ ਦਿਸਦੇ ਨੇ? ਦਿਸਦੇ ਹੈ, ਪਤਾ ਕਿਵੇਂ? ਸਿਰਫ ਇਹਨਾਂ ਨੂੰ ਮਹਿਸੂਸ ਕਰੋ ਬੈਠ ਕੇ ਕਿ ਤੁਹਾਡੇ ਸਵਾਸ ਕੌਣ ਚਲਾ ਰਿਹਾ, ਕਿ ਤੁਸੀਂ ਚਲਾ ਰਹੇ ਹੋ ਸਵਾਸ? ਨਹੀਂ ਨਾ ਤਾਂ ਫਰੀਦ ਜੀ ਦਾ ਇਹ ਸਲੋਕ ਦਿਮਾਗ ਵਿੱਚ ਲੈ ਕੇ ਆਓ। ਫਰੀਦਾ ਜੇ ਜਾਣਾ ਦਿਲ ਥੋੜੜੇ ਸੰਭਲ ਭੁੱਖ ਭਰੀ, ਸਵਾਸ ਥੋੜੇ ਹੈਗੇ ਆ ਸੰਭਲ ਜਾਓ। ਜੇ ਜਾਣਾ ਲੜ ਲੜ ਛਿੱਜਣਾ, ਜੇ ਜਾਣਾ ਲੜ ਛਿੱਜਣਾ ਪੀੜੀ ਪਾਈ ਗੰਢ। ਅਤੇ ਜਿਹੜਾ ਇਹ ਆਪਣਾ ਸਾਡਾ ਇਹ ਸਰੀਰ ਆ, ਇਹ ਵੀ ਤਾਂ ਛਿੱਜਣ ਵਾਲਾ, ਜਿਹੜੇ 17 ਨੂੰ ਪਾਰ ਕਰ ਚੁੱਕੇ ਆ ਜਾਂ ਜਿਹੜੇ ਮੇਰੇ ਵਰਗੇ ਆ, ਅਹਿਸਾਸ ਹੋ ਜਾਂਦਾ ਕਿ ਹੁਣ ਛਿੱਜਣ ਦੇ ਨੇੜੇ ਨੇੜੇ ਆ, ਖਤਮ ਹੋਣ ਦੇ ਨੇੜੇ ਆਏ। ਤਾਂ ਜੇ ਸਾਨੂੰ ਮਹਿਸੂਸ ਹੋ ਗਿਆ ਕਿ ਸਰੀਰ ਨੇ ਛਿੱਜ ਜਾਣਾ ਤਾਂ ਫਿਰ ਕੀ ਕੀਤਾ ਅਸੀਂ, ਕੋਈ ਗੰਢ ਪਾਈ ਜਾਂ ਨਹੀਂ? ਫਿਰ ਜੀ ਕਹਿ ਰਹੇ ਸੰਭਲੋ, ਜੇ ਜਾਣਾ ਲੜ ਛਿੱਜਣਾ, ਜੇ ਜਾਣਾ ਲੜ ਛਿੱਜਣਾ ਪੀਡੀ ਪਾਈ ਗੰਢ। ਜਦੋਂ ਆਪਾਂ ਪੱਗ ਬੰਨਦੇ ਨਾ, ਕਈ ਵਾਰੀ ਅਖੀਰਲਾ ਲੜ ਪੂਰਾ ਨਹੀਂ ਆਉਂਦਾ ਤਾਂ ਉਸ ਤੋਂ ਜਿਹੜਾ ਪਹਿਲਾ ਲੜ ਹੁੰਦਾ ਸੀ ਬੜੀ ਉਹਨੂੰ ਖਿੱਚ ਕੇ ਬੰਨਦੇ ਹਾਂ ਤਾਂ ਕਿ ਅਖੀਰਲਾ ਲੜ ਪੂਰਾ ਪੂਰਾ ਆ ਜਾਏ। ਸੋਚਦੇ ਨਹੀਂ ਅਸੀਂ ਫਿਰ ਕੁਛ ਸਰੀਰ ਬਾਰੇ, ਜੇ ਜਾਣਾ ਲੜ ਛਿੱਜਣਾ ਪੀਡੀ ਪਾਈ ਗੰਢ। ਫਰੀਦ ਜੀ ਦਾ ਇੱਕ ਹੋਰ ਸਲੋਕ ਹੈ, ਜੇ ਜਾਣਾ ਸੋ ਨੱਡੜਾ ਤਾਂ ਥੋੜ੍ਹਾ ਮਾਣ ਕਰੀ। ਨੱਡੜਾ ਮਤਲਬ ਜਵਾਨ, ਇਨੋਸੈਂਟ, ਵੈਰੀ ਗੁੱਡ ਲੁਕਿੰਗ। ਫਰੀਦ ਜੀ ਦਾ ਭਾਵ ਹੈ ਕਿ ਜੇ ਤੁਹਾਡਾ ਪਾਰਟਨਰ ਬੜਾ ਸੋਹਣਾ ਹੈਗਾ, ਸੋਹਣਾ ਸੁਨੱਖਾ, ਗੁੱਡ ਲੁਕਿੰਗ ਆ, ਹੈ ਨਾ, ਇਨੋਸੈਂਟ ਆ, ਪਰ ਜ਼ਿਆਦਾ ਮਾਣ ਕਰਨ ਵਾਲੀ ਲੋੜ ਨਹੀਂ, ਕਿਉਂਕਿ ਇਹ ਸਭ ਕੁਛ ਦਿੱਤਾ ਕਿਹਦਾ ਹੋਇਆ? ਪਰਮਾਤਮਾ ਦਾ, ਹੈ ਨਾ। ਤੁਹਾਨੂੰ ਫਰਿੱਜ ਦਾ ਇਸ਼ਾਰਾ ਇੱਥੇ ਵੀ ਹੋ ਸਕਦਾ ਆਪ ਸਾਡੀ ਹਰ ਚੀਜ਼ ਵੱਲ ਜਿਸ 'ਤੇ ਅਸੀਂ ਹੰਕਾਰ ਕਰਦੇ ਹਾਂ। ਅਸੀਂ ਕਿਸ 'ਤੇ ਹੰਕਾਰ ਕਰਦੇ ਹਾਂ? ਜਿਵੇਂ ਮੈਂ ਹੰਕਾਰ, ਮੇਰਾ ਹੰਕਾਰ ਹੋਊਗਾ ਕਿ ਮੇਰੇ ਵਰਗਾ ਰਿਸਰਚਰ ਕੋਈ ਨਹੀਂ, ਮੈਂ ਹੰਕਾਰ ਕਰੂੰਗਾ ਮੈਂ ਬੜਾ ਵੱਡਾ ਦਾਨੀ ਹੈਗਾ, ਮੈਂ PhD ਕੀਤੀ ਹੈਗੀ ਆ, ਮੈਂ ਪਟਵਾਰੀ ਹੈਗਾ, ਮੈਂ DC, ਮੈਂ ਪ੍ਰਿੰਸੀਪਲ, ਮੈਂ ਡਾਇਰੈਕਟਰ, ਮੈਂ ਕੌਂਸਲਰ, ਮੈਂ ਮੰਤਰੀ, ਪਤਾ ਨਹੀਂ ਕੀ ਇਹ ਪੁਜੀਸ਼ਨ ਕਿਸੇ ਦੀਆਂ ਸਖੀਆਂ ਨਹੀਂ ਹੋਈਆਂ, ਇਹ ਪੁਜੀਸ਼ਨ ਕਿਸੇ ਦੀਆਂ ਵੀ ਸਖੀਆਂ ਨੇ। ਤਾਂ ਫਰੀ ਜੀ ਦਾ ਇਹ ਭਾਵ ਸਮਝੋ, ਜੇ ਜਾਣਾ ਸੋ ਨੱਡੜਾ ਤਾਂ ਥੋੜ੍ਹਾ ਮਾਣ ਕਰੀ। ਫਰੀ ਜੀ ਦਾ ਇਸ਼ਾਰਾ ਇੱਥੇ ਡਿਫਰੈਂਟ ਵੀ ਹੋ ਸਕਦਾ, ਉਹ ਇਹ ਵੀ ਕਿ ਜਿਹੜੇ ਪਰਮਾਤਮਾ ਦੀ ਬੰਦਗੀ ਕਰਦੇ ਆ, ਪਰਮਾਤਮਾ ਨੂੰ ਪਿਆਰ ਕਰਦੇ ਆ, ਕਿਉਂਕਿ ਪਰਮਾਤਮਾ ਵੀ ਪਤੀ ਆ, ਬੜਾ ਸੋਹਣਾ
सुनखा इनोसेंट ते जिन्हां नूं उहदी झलक महसूस होनी शुरू हो जाती उस लई बहुत बहुत वधाइयां उहनां नूं। पर इह ते वी कोई माण ज़्यादा करन दी कोई लोड़ नहीं क्योंकि माण ही बंदे नूं फिर डॉप दिंदा। जे जाणा सो नडड़ा, जे जाणा सो नडड़ा, तां थोड़ा माण करी, माण नूं त्याग दो बस।